ਮਾਂ ਦਾ ਦਰਜਾ ਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭਨਾਂ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਬਿਨਾਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਇਹਨਾਂ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ ਸਵਰਗੀ ਸ਼੍ਰੀਮਤੀ ਸੁਦੇਸ਼ ਪਿਆਰੀ ਰਤਨ ਜੀ। ਸਵਰਗੀ ਸ਼੍ਰੀਮਤੀ ਸੁਦੇਸ਼ ਪਿਆਰੀ ਰਤਨ ਜੀ ਬਹੁਤ ਹੀ ਚੰਗੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਪ੍ਰਤੀ ਆਧਾਰ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਹੀ ਅਪਣਾਏ ਹੋਏ ਮਾਰਗ 'ਤੇ ਆਪਣੇ ਬੱਚਿਆਂ ਨੂੰ ਵੀ ਚੱਲਣ ਦੀ ਸਿੱਖਿਆ ਦਿੱਤੀ। ਬੀਤੇ ਦਿਨੀ ਸ਼੍ਰੀਮਤੀ ਸੁਦੇਸ਼ ਪਿਆਰੀ ਰਤਨ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਨਾਮਦੇਵ ਮੰਦਿਰ ਖੰਨਾ ਵਿਖੇ ਪਾਏ ਗਏ। ਸ਼੍ਰੀਮਤੀ ਸੁਦੇਸ਼ ਪਿਆਰੀ ਰਤਨ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਸਦੀਵੀਂ ਵਿੱਚ ਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮੁਝੇ ਕੇਵਲ ਜੋ ਦੇਵ ਜੋ ਹੈ ਦੇਵ ਕੀ ਓਰ ਸੇ ਜੋ ਆਦੇਸ਼ ਪ੍ਰਾਪਤ ਹੋਤਾ ਹੈ ਮੈਂ ਵਹੀ ਕਰਤਾ ਹੂੰ। ਯਦਿ ਕਾਲ ਦੇਵ ਜੋ ਹੈ ਇਸ ਬਾਤ ਕੋ ਕਹੇ ਤੋ ਨਿਸਾਦ ਰਾਜ ਕੀ ਮ੍ਰਿਤਯੁ ਕਾ ਪ੍ਰਸ਼ਨ ਹੀ ਨਹੀਂ ਉੱਠਤਾ, ਕਿਉਂਕਿ ਮੈਂ ਵੀ ਜੋ ਹੈ ਕਿਸੀ ਕੇ ਪ੍ਰਾਣ ਲੈਣੇ ਕੇ ਲੀਏ ਜੋ ਹੈ ਸਵਤੰਤਰ ਨਹੀਂ ਹੂੰ। ਜੋ ਮੁਝੇ ਕਾਲ ਦੇ ਪਿੱਛੇ ਸੇ ਆਦੇਸ਼ ਦਿੱਤੇ ਹੈ ਮੈਂ ਉਸੀ ਪ੍ਰਾਣੀ ਕਾ ਜੋ ਹੈ ਪ੍ਰਾਣ ਹਰਤਾ ਹੂੰ। ਤੋ ਮਹਾਰਿਸ਼ੀ ਨੇ ਕਿਹਾ ਕਿ ਚਲੋ ਹਮ ਜੋ ਹੈ ਕਾਲ ਦੇਵਤਾ ਕੇ ਪਾਸ ਪਹੁੰਚ ਚਲਤੇ ਹੈ, ਹਮ ਤੀਨ ਹੋ ਜਾਏਂਗੇ, ਸ਼ਾਇਦ ਹਮਾਰੀ ਜੋ ਹੈ ਸਿਫਾਰਿਸ਼ ਜੋ ਹੈ ਉਹ ਸਵੀਕਾਰ ਕਰ ਲੇ। ਤੋ ਮ੍ਰਿਤਯੂ ਦੇਵਤਾ ਤਿਆਰ ਹੋ ਗਏ ਔਰ ਤੀਨੋ ਜੋ ਹੈ ਕਾਲ ਦੇਵਤਾ ਕੇ ਪਾਸ ਪਹੁੰਚੇ। ਮਹਾਰਿਸ਼ੀ ਵੇਦ ਵਿਆਸ ਨੇ ਅਬ ਆਪਣੇ ਆਨੇ ਕਾ ਕਾਰਨ ਬਤਲਾਇਆ। ਤੋ ਕਾਲ ਨੇ ਕਿਹਾ ਕਿ ਹੇ ਮਹਾਰਿਸ਼ੀ ਮੈਂ ਵੀ ਜੋ ਹੈ ਸੀਧਾ ਜੋ ਹੈ ਕਿਸੀ ਪ੍ਰਾਣੀ ਕੇ ਪ੍ਰਾਣ ਨਹੀਂ ਹਰਤਾ, ਮੈਂ ਉਸੀ ਪ੍ਰਾਣੀ ਕੇ ਵਿਸ਼ਿਆਂ ਮੇਂ ਜੋ ਹੈ ਮ੍ਰਿਤਯੁ ਕੋ ਤਬ ਆਦੇਸ਼ ਦੇਤਾ ਹੂੰ ਜਬ ਜੋ ਹੈ ਮੁਝੇ ਯਮਰਾਜ ਕਾ ਆਦੇਸ਼ ਪ੍ਰਾਪਤ ਹੋਤਾ ਹੈ, ਇਸ ਲਈ ਜੋ ਹੈ ਹਮੇ ਉਨਕੇ ਪਾਸ ਚਲਣਾ ਚਾਹੀਏ। ਤੋ ਮਹਾਰਿਸ਼ੀ ਬੋਲੇ ਕਿ ਹੇ ਕਾਲਰਾਜ ਆਪਕੋ ਵੀ ਹਮਾਰੇ ਸਾਥ ਚਲਣਾ ਹੋਗਾ ਤਾਂ ਕਿ ਜੋ ਹੈ ਹਮਾਰੀ ਬਾਤ ਕੋ ਮਨਵਾਨੇ ਕੇ ਲੀਏ ਜੋ ਹੈ ਆਸਾਨੀ ਹੋ। ਅਬ ਜੋ ਹੈ ਕਾਲ ਕੀ ਸਵਕ੍ਰਿਤੀ ਸੇ ਜੋ ਹੈ ਚਾਰੋਂ ਦੇਵ ਜੋ ਹੈ ਚਾਰੋਂ ਜੋ ਹੈ ਯਮਰਾਜ ਕੇ ਦਰਬਾਰ ਮੇਂ ਪਹੁੰਚ ਗਏ। ਯਮਰਾਜ ਨੇ ਜੋ ਹੈ ਖੜੇ ਹੋ ਕਰ ਮਹਾਰਿਸ਼ੀ ਕਾ ਸਵਾਗਤ ਕੀਆ। ਮਹਾਰਿਸ਼ੀ ਵੇਦ ਵਿਆਸ ਨੇ ਜੋ ਹੈ ਆਪਣੇ ਆਨੇ ਕਾ ਕਾਰਨ ਜੋ ਹੈ ਸਪਸ਼ਟ ਕੀਆ ਕਿ ਹੇ ਯਮਰਾਜ ਮੈਂ ਜੋ ਹੈ ਆਜ ਜੋ ਹੈ ਯਮਰਾਜ ਔਰ ਮੈਂ ਵਿਸ਼ੇਸ਼ ਕਾਰਿਆਂ ਸੇ ਜੋ ਹੈ ਆਪਕੇ ਪਾਸ ਜੋ ਹੈ ਉਪਸਥਿਤ ਹੋਏ ਹੈ, ਇਸ ਲਈ ਨਿਸਾਦ ਰਾਜ ਜੋ ਹੈ ਮੇਰੇ ਨਾਨਾ ਹੈ, ਯੇ ਮ੍ਰਿਤਯੁ ਸੇ ਜੋ ਹੈ ਬੜੇ ਭੈਭੀਤ ਰਹਤੇ ਹੈ, ਆਪ ਮ੍ਰਿਤਯੁ ਕੇ ਦੇਵਤਾ ਹੈ। ਜੀਵਨ ਮੇ ਨਹੀਂ ਆਤਾ ਤੋ ਜੋ ਹੈ ਨਿਸਾਦ ਰਾਜ ਕੀ ਜੋ ਹੈ ਕਭੀ ਜੋ ਹੈ ਨਿਸਾਦ ਰਾਜ ਕੀ ਮ੍ਰਿਤਯੁ ਨਹੀਂ ਹੋਗੀ, ਮਗਰ ਆਜ ਜੋ ਹੈ ਆਪ ਸਭੀ ਲੋਕ ਜੋ ਹੈ ਇਕੱਠੇ ਹੋ ਕਰ ਜੋ ਹੈ ਸਵਯੰ ਯਹਾਂ ਪਰ ਆ ਗਏ ਹੈ, ਇਸ ਲਈ ਜੋ ਹੈ ਇਨਕੀ ਮ੍ਰਿਤਯੁ ਅਵਸ਼ਯਭਾਵੀ ਹੈ। ਜਬ ਸਭੀ ਨੇ ਜੋ ਹੈ ਨਿਸਾਦ ਰਾਜ ਕੀ ਓਰ ਦੇਖਾ ਤੋ ਨਿਸਾਦ ਰਾਜ ਕੇ ਜੋ ਹੈ ਨਿਸਾਦ ਰਾਜ ਕੇ ਜੋ ਹੈ ਦੇਖਾ ਤੋ ਨਿਸਾਦ ਰਾਜ ਜੋ ਹੈ ਮ੍ਰਿਤਯੁ ਕੋ ਪ੍ਰਾਪਤ ਹੋ ਚੁਕੇ ਥੇ। ਤੋ ਕਹਤੇ ਹੈ ਕਿ ਇਸ ਲਈ ਜੋ ਹੈ ਜਿਸ ਵਿਅਕਤੀ ਕਾ ਜਨਮ ਹੁਆ ਜਿਸ ਵਿਅਕਤੀ ਨੇ ਜਨਮ ਲਿਆ ਉਸ ਵਿਅਕਤੀ ਕੀ ਜੋ ਹੈ ਮ੍ਰਿਤਯੁ ਨਿਸ਼ਚਿਤ ਕਰੇਗਾ। 2 ਮਿੰਟ ਲਈ ਸ਼ਰਧਾਂਜਲੀ ਦੇਣਗੇ ਸਰਦਾਰ ਜਤਿੰਦਰਪਾਲ ਸਿੰਘ ਐਡਵੋਕੇਟ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਖੰਨਾ ਦੇ ਪ੍ਰਧਾਨ ਨੇ। ਜਿੱਥੇ ਸਾਡੇ ਮਾਤਾ ਜੀ ਉਹਨਾਂ ਦੇ ਚਲੇ ਜਾਣ ਦੇ ਨਾਲ, ਕਿਉਂਕਿ ਜਿਹੜਾ ਮਾਂ ਦਾ ਵਿਛੋੜਾ ਹੁੰਦਾ ਬੜਾ ਹੀ ਜਦ ਵਿਛੋੜਾ ਵੀ ਜਦ ਸਦੀਵੀ ਵਿਛੋੜਾ ਪੈ ਜਾਵੇ ਬੜਾ ਹੀ ਕਹਿ ਤੇ ਸਹਿ ਵਿਛੋੜਾ ਹੁੰਦਾ। ਅੱਜ ਸਾਰਿਆਂ ਨੂੰ ਦੁੱਖ ਹੈ,
ਜੋਗਰਾਜ ਜੀ ਨੇ ਦਿਮਾਗ ਵੱਡੇ ਨੇ, ਮਨੀ ਹੈ ਬੇਟਾ ਉਹਨਾਂ ਦਾ ਮਨਿੰਦਰ, ਦੂਸਰੇ ਵੀਰ ਜੀ ਉਹਨਾਂ ਦੀ ਨੂੰਹ ਨੇ ਜਿੰਨੀ ਸੇਵਾ ਕੀਤੀ ਹੈ ਸਾਡੇ ਸਾਹਮਣੇ, ਨਤਾਸ਼ਾ ਸਾਡੇ ਅੱਖਾਂ ਦੇ ਦੇਖਦੇ ਦੇਖਦੇ ਸਾਹਮਣੇ ਬੜੀ ਸੇਵਾ ਕੀਤੀ ਉਹਨੇ, ਕਿਉਂਕਿ ਟਾਵੇਂ ਟਾਵੇਂ ਲੋਕ ਮਿਲਦੇ ਨੇ ਇੱਦਾਂ ਦੇ ਅੱਜ ਕੱਲ੍ਹ। ਉਹਨਾਂ ਦੀਆਂ ਬੇਟੀਆਂ ਨੇ ਸੁਨੰਦਾ, ਦੂਸਰੇ ਸਰਤਾਜ ਹੈ, ਚਾਹੇ ਦੁੱਖ ਸਾਰਿਆਂ ਨੂੰ ਹੋਇਆ ਪਰ ਜਦੋਂ ਧੀ ਆਪਣੇ ਪੇਕੇ ਘਰ ਜਾਂਦੀ ਹੈ ਨਾ, ਮਾਂ ਜਦੋਂ ਉਹਨੂੰ ਜੱਫੀ ਦੇ ਵਿੱਚ ਲੈ ਕੇ ਸਿਰ ਪਰੋਸਦੀ ਹੈ ਤਾਂ ਜਿਹੜੇ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਕਿਤੋਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਉਹਨੂੰ ਗੱਲਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਅੱਜ ਆਪਾਂ ਸਾਰਿਆਂ ਨੂੰ ਬੜਾ ਵੱਡਾ ਘਾਟਾ ਪਿਆ, ਪਰ ਜੋ ਪਰਮਾਤਮਾ ਦਾ ਹੁਕਮ ਹੈ, ਬੜੀਆਂ ਵੱਡੀਆਂ ਕਾਢਾਂ ਸਾਇੰਸਦਾਨਾਂ ਨੇ ਕੱਢ ਲਈਆਂ, ਰੋਇਲ ਤੋਂ ਰੋਇਲ ਗੱਡੀਆਂ 5-5 ਕਰੋੜ ਦੀਆਂ, ਪਤਾਲ ਤੱਕ ਦੀ ਖੋਜ ਕਰ ਲਈ, ਆਕਾਸ਼ ਗ੍ਰਹਿ ਤੱਕ ਦੇ ਇਨਸਾਨ ਨੂੰ ਪਹੁੰਚਾਤਾ, ਹਜ਼ਾਰਾਂ ਕਿਲੋਮੀਟਰ ਦੂਰ ਇੰਟਰਨੈਟ ਦੇ ਜ਼ਰੀਏ ਆਪਾਂ ਉਹਨਾਂ ਸਾਹਮਣੇ ਬੈਠ ਕੇ ਗੱਲਾਂ ਕਰ ਸਕਦੇ ਹਾਂ, ਪਰ ਜੋ ਕੁਦਰਤ ਦਾ ਬਣਾਇਆ ਹੋਇਆ ਕਾਨੂੰਨ ਹੈ, ਰਾਮ ਗਿਓ ਰਾਵਣ ਗਿਓ ਜਾਕੋ ਬਹੁ ਪਰਿਵਾਰ, ਸਭਨਾ ਸਹੁਰੇ ਬੱਝਣਾ ਸਭ ਕਲਾਵਨ ਹਾਰ, ਜੋ ਉਪਜਿਓ ਸੋ ਬਿਨਸ ਹੈ ਪਰੋ ਅੱਜ ਕੇ ਕਾਲ। ਬਾਈਬਲ ਦੇ ਵਿੱਚ ਵੀ ਕਿਹਾ ਗਿਆ ਡੈਥ ਇਜ ਸਰਟਨ, ਮੌਤ ਹੈ ਜਿਹੜੀ ਕਟਲ ਸਚਾਈ ਹੈ, ਉਹ ਕੁਦਰਤ ਦੇ ਪਹਾੜੇ ਮੁਤਾਬਕ ਆਪਾਂ ਨੂੰ ਚੱਲਣਾ ਪੈਂਦਾ। ਸੋ ਮੈਂ ਦੇਖਦਾ ਕਿ ਸਾਡੇ ਵਿੱਚ ਬਹੁਤ ਹੀ ਸਕਾਰਤ ਸ਼ਖਸੀਅਤਾਂ ਪਹੁੰਚੀਆਂ ਹੁੰਦੀਆਂ ਨੇ, CNG ਦੇ ਜਿਹੜੇ ਓਨਰ ਸੀ ਵਿਜੇਤਰ ਸਿੰਘ ਜੀ ਉਹ ਵੀ ਸ਼ਰਧਾਂਜਲੀ ਭੇਟ ਕਰਕੇ ਗਏ ਨੇ, ਹੋਰ ਵੀ ਸਾਡੇ ਐਜੂਕੇਸ਼ਨਲ ਪੋਲੀਟੀਕਲ ਧਾਰਮਿਕ ਸੰਸਥਾਵਾਂ ਦੇ ਮੁਖੀ ਸਾਹਿਬਾਨ ਔਰ ਬਾਰ ਐਸੋਸੀਏਸ਼ਨ ਖੰਨਾ ਤੋਂ ਤਕਰੀਬਨ ਸਾਰੇ ਵਕੀਲ ਸਾਹਿਬਾਨ, ਸਾਰੀਆਂ ਸੰਗਤਾਂ ਪਹੁੰਚੀਆਂ ਨੇ, ਮਹੱਲੇ ਵਾਲੇ ਸਾਡੇ ਨੀਅਰ ਡੀਅਰ ਰਿਸ਼ਤੇਦਾਰ ਸਾਹਿਬਾਨ, ਮੈਂ ਸਾਰਿਆਂ ਵੱਲੋਂ ਹੀ ਔਰ ਆਪਣੇ ਵੱਲੋਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਵੀ ਉਸ ਪਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਨ। ਥੈਂਕ ਯੂ ਸੋ ਮਚ। ਪਰਿਵਾਰ ਵੱਲੋਂ ਜਿੰਨੇ ਵੀ ਭੈਣ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਪਰਿਵਾਰ ਵੱਲੋਂ ਉਹਨਾਂ ਦਾ ਇੱਕ ਇੱਕ ਕਦਮ ਉਹਨਾਂ ਦੇ ਸਿਰ ਮੱਥੇ, ਜਿਹੜੇ ਆਪਣਾ ਟਾਈਮ ਕੀਮਤੀ ਕੱਢ ਕੇ ਸਾਰੇ ਤੁਸੀਂ ਚੱਲ ਕੇ ਆਏ ਹੋ, ਔਰ ਸਾਰਿਆਂ ਨੂੰ ਬੇਨਤੀ ਹੈ ਹੁਣ ਪੰਡਿਤ ਜੀ ਆਰਤੀ ਕਰਨਗੇ, ਭੋਗ ਪਏਗਾ, ਉਸ ਤੋਂ ਬਾਅਦ ਜਿਹਨਾਂ ਨੇ ਖਾਣਾ ਨਹੀਂ ਖਾਧਾ ਖਾਣਾ ਜ਼ਰੂਰ ਖਾ ਕੇ ਜਾਣੇ, ਪਰਿਵਾਰ ਵੱਲੋਂ ਬੇਨਤੀ ਹੈ। ਸਰਣ ਪੜੂ ਮੈਂ ਕਿਸ ਕੀ ਤੋਮ
ਔਰ ਨਾ ਦੂਜਾ, ਪ੍ਰਭੂ ਵਿਨਯ ਔਰ ਨਾ ਦੂਜਾ, ਆਸ ਕਰੂੰ ਮੈਂ ਜਿਸ ਕੀ ਅਯੋਗ ਜਗਦੀਸ ਰੇ, ਤੁਮ ਪੂਰਣ ਪਰਮਾਤਮਾ ਤੁਮ ਅੰਤਰਯਾਮੀ, ਸੁਆਮੀ ਤੁਮ ਅੰਤਰਯਾਮੀ, ਪਾਰ ਬ੍ਰਹਮ ਪਰਮੇਸ਼ਵਰ, ਪਾਰ ਬ੍ਰਹਮ ਜਗਦੀਸ਼ਵਰ, ਤੁਮ ਸਭ ਕੇ ਸੁਆਮੀ, ਹਰਿਓਮ ਜੈ ਜਗਦੀਸ਼ ਰੇ, ਤੁਮ ਕਰੁਣਾ ਕੇ ਸਾਗਰ ਤੁਮ ਪਾਲਨ ਕਰਤਾ, ਸੁਆਮੀ ਤੁਮ ਰਕਸ਼ਾ ਕਰਤਾ, ਤੁਮ ਸੁਆਮੀ ਕਿਰਪਾ ਕਰੋ ਵਰਤਾਇਓ, ਜੈ ਜਗਦੀਸ਼ ਰੇ, ਤੁਮ ਹੋ। ਆਵੰਦਨ ਮੰਗਲਾਕਾਰੰ ਵਿਆਪ
आराधना कर रहे थे वहां पर जो है निषाद रात पहुंच गए और अपने आने का कारण बतलाया, अपने आने का जो है भाव कहा कि हे महर्षि मैं जो है आपका दोहितर हूं, आप मेरी जो है इस मुस्कुराए। लेकिन वो निषाद राज के हट को भी जानते थे, लेकिन वो ये भी जानते थे कि मृत्यु जो है अटल है, अवश्य है, इसको किसी भी जो है तरीके से टाला नहीं जा सकता। इसमें देवता भी जो है कुछ नहीं कर सकते, फिर भी निषाद राज के मन का भ्रम मिटाने के लिए यत्न करके जो है देव लेते हैं। महर्षि वेद व्यास जो है अपने नानक को साथ में लेकर जो है मृत्यु देवता के पास पहुंच गए। मृत्यु देवता ने जो है देखा कि महर्षि जो है स्वयं जो है चले आ रहे हैं, स्वतः पधार रहे हैं। उठकर जो है मृत्यु देवता ने जो है ऋषि का जो है वेद व्यास का सत्कार किया और आने का कारण पूछा कि हे ऋषिवर आप जो है आज जो है मेरे जो है यहाँ पर किस कारण से आए हैं। अब जब निषाद राज ने देखा कि मृत्यु देवता भी जो है महर्षि का जो है सत्कार कर रहे हैं, ये इनकी बात जो है अवश्य मानेंगे और मेरा जो है मृत्यु से बचाव हो जाएगा, मृत्यु देवता जो है कभी इनकी उपेक्षा नहीं करेंगे। मृत्यु देव के पूछने पर महर्षि वेद व्यास जो है आप उपाय करो कि जो है जिससे जो है कभी इनको मृत्यु ही ना प्राप्त हो। तो मृत्यु देव बोले कि हे महर्षि देव नहीं हरता, मुझे केवल जो देव जो है देव की ओर से जो आदेश प्राप्त होता है मैं वही करता हूँ। यदि काल देव जो है इस बात को कहें तो निषाद राज की मृत्यु का प्रश्न ही नहीं होता, क्योंकि मैं भी जो है किसी के प्राण लेने के लिए जो है स्वतंत्र नहीं हूँ। जो मुझे काल देव पीछे से आदेश देते हैं मैं उसी प्राणी का जो है प्राण हरता हूँ। तो महर्षि ने कहा कि चलो हम जो है काल देवता के पास पहुंच चलते हैं, हम तीन हो जाएंगे, शायद हमारी जो है सिफारिश जो है वो स्वीकार कर ले। तो मृत्यु देवता तैयार हो गए और तीनों जो है काल देवता के पास पहुंचे। महर्षि वेद व्यास ने अब अपने आने का कारण बतलाया तो कारण ने कहा कि हे महर्षि मैं भी जो है सीधा जो है किसी प्राणी के प्राण नहीं हरता, मैं उसी प्राणी के विषय में जो है मृत्यु को तब आदेश देता हूँ जब जो है मुझे यमराज का आदेश प्राप्त होता है, इसलिए जो है हमें उनके पास चलना चाहिए। तो महर्षि बोले कि हे कालराज आपको भी हमारे साथ चलना होगा ताकि जो है हमारी बात को मनवाने के लिए जो है आसानी हो। अब जो है काल की सबकृति से जो है चारों देव जो है चारों जो है यमराज के दरबार में पहुंच गए। यमराज ने जो है खड़े होकर महर्षि का स्वागत किया। महर्षि वेद व्यास ने जो है अब अपने आने का कारण जो है स्पष्ट किया कि हे यमराज मैं जो है आज जो है यमराज और मैं विशेष कार्य से जो है आपके पास जो है उपस्थित हुए हैं, इसलिए निषाद राज जो है मेरे नाना हैं, ये मृत्यु से जो है बड़े भयभीत रहते हैं, आप मृत्यु के देवता हैं, इसलिए कोई ऐसा उपाय करो जिससे जो है इनको कभी जो है मृत्यु ही ना प्राप्त हो। तो यमराज की पूरी बात सुनकर जो है
यमराज पूरी बात सुनकर बोले कि हे ऋषिवर, मैं आपके आदेश का अवश्य पालन करता, मगर इस विषय में मैं भी जो है स्वतंत्र नहीं हूँ, मैं भी जो है किसी जो है इस विषय में स्वतंत्र नहीं हूँ। मैं विधाता के हुक्म से जो है, जो मुझे विधाता हुक्म देते हैं, मैं वैसा ही आदेश आगे करता हूँ। विधाता जो है सभी प्राणियों के जो है जन्म मृत्यु का लेखा जोखा जो है अपने पास रखते हैं। यदि उनसे प्रार्थना की जाए तो हो सकता है कि कुछ बात बन जाए। तो कहते हैं कि महर्षि वेद व्यास ने कहा कि जो है आप जो है हमारी सिफारिश जो है उनसे कर दीजिए। यमराज भी जो है उनके साथ हो लिए। अब निषाद राज, महर्षि वेद व्यास, मृत्युदेव, काल और यमराज पांचों देवता जो है विधि देवता के दरबार में जाकर पहुंच गए। इन पांचों को आता हुआ देखकर जो है विधाता स्वयं खड़े हो गए और सादर जो है उनका सत्कार किया। महर्षि वेद व्यास जी ने जो है अपने आने का कारण जो है उन्हें बतलाया कि जो है हम किस कारण से जो है यहाँ आए हैं। तो विधि देवता बोले कि हे ऋषिवर, मैं ही जो है इस चराचर जो है इस सारे संसार के जो है जितने भी प्राणी हैं सभी का जो है जन्म और मृत्यु का लेखा जोखा जो है मैं ही जो है रखता हूँ। और जो है इस निषाद राज का जो है लिखा हुआ, इसकी मृत्यु के बारे में, जीवन के बारे में जो लिखा हुआ है वो आप जो है स्वयं ही पढ़ लेवे। तो विधि देवता ने अपना खाता खोल कर जो है महर्षि वेद व्यास जी के आगे कर दिया। तो कहते हैं कि निषाद राज के लिए ये क्षण जो है बड़े निर्णायक थे। महर्षि वेद व्यास जी पढ़ने लगे। वहां पर लिखा था कि महर्षि वेद व्यास जो है हम सबके जो है पूजनीय है, निषाद राज जो है इनके दोहितर है, और निषाद राज की मृत्यु जो है तभी संभव है अगर जो है स्वयं जो है किसी दिन जो है वेद व्यास, मृत्यु, काल, यमराज सभी जो है इकट्ठे होकर जो है किसी दिन जो है जिस दिन विधि देवता के समस्त जो है समक्ष जाकर जो है जीवन में नहीं आता तो जो है निषाद राज की जो है कभी जो है निषाद राज की मृत्यु नहीं होगी। मगर आज जो है आप सभी लोग जो है इकट्ठे होकर जो है स्वयं यहाँ पर आ गए हैं, इसलिए जो है इनकी मृत्यु अवश्य भावी है। जब सभी ने जो है निषाद राज की ओर देखा तो निषाद राज के जो है निषाद राज के जो है देखा तो निषाद राज जो है मृत्यु को प्राप्त हो चुके थे। तो कहते हैं कि इसलिए जो है जिस व्यक्ति का जन्म हुआ, जिस व्यक्ति ने जन्म लिया उस व्यक्ति की जो है मृत्यु निश्चित। स्वयं जो है जीव को जो है अपने घेरे में ले लेती है, मृत्यु के ऊपर जो है किसी का बस नहीं है। विधि के लेख को मिटाना जो है बड़ा ही कठिन है। तो इस जन्म मरण के चक्कर से छूटने के लिए सुविचार और अमोघ औषधि है कि जो है जीवन क्या है बतलाया है कि रात्रि गमिष्यति भविष्यति सुप्रभातम भास्म देहस्यति हस्यति पंसति। कि एक भमरा जो है, आप सबने जो है भमरा देखा है, एक भमरा जो है मधु का जो है मधु को जो है फूलों का रस पीने के लिए जो है एक कमल के ऊपर जो है जा बैठा।
अब जो है फूल की जो है सुगंध भी बहुत मधुर आ रही थी, वातावरण भी जो है बड़ा सुंदर था और भमरे को जो है फूलों का रस पीते पीते जो है बड़ा आनंद आ रहा था। भमरा जो है उस फूलों के रस में जो है ऐसा रम गया, उनसे जो है समय का जो है पता ही नहीं चला और जो है वहाँ भमरा जो है फूल की गंध से जो है अपना होश गवा बैठा और मधु के लोग भी शहर के लोग भी उस भमरे को जो है यह भी ज्ञान नहीं रहा कि जो है कमल का फूल जो है जब भगवान सूर्य जो है अस्त होते हैं तो यह कमल का फूल अपने आप जो है बंद हो जाता है। अब सायंकाल को सूर्य छिप गया और जो हमारा उस कमल के फूल के ऊपर बैठा था उसी फूल के बीच जो है बंद हो गया और जो है उस भमरे ने जो है रात्रि में जो है रात्रि व्यतीत करते करते जो है वह भमरा सोचता है कि चिंता की कोई बात नहीं, ये रात जो है धीरे धीरे जो है बीत जाएगी, सुबह होगी और जो है ये फूल दोबारा खिलेंगे। रात्रि आई और उस कमल का फूल जो है तालाब के बीच जो है लगा हुआ था उसी समय जो है पानी पीने के लिए उसे सरोवर में एक मदमस्त हाथी आया और उसने हाथी ने क्या किया कि जो है उस कमल के फूल को जो है जड़ से उखाड़ कर जो है उसे खा लिया। जिस फूल के बीच जो कमरा बैठा हुआ था उसी फूल को जो है हाथी ने जो है अपनी सूंड से तोड़ा और खा गया और जो है यही खेद रहा सुनहरे भविष्य की कल्पना करने वाले हमारे का जो है जीवन समाप्त हो गया। यही कुछ जो है यही कुछ जो है संसार में जो होता है मनुष्य जो है क्या करता है बड़ी बड़ी जो है प्लानिंग करता है बड़े बड़े जो है झूठ है और जो है मृत्यु जो है सच है। अगर जो है मैंने आपसे पूछ लिया कि इस समय जो है क्या समय हुआ है आपने बतला दिया कि जो है 2 बजे को है ये भी सत्य क्या है सत्य मैं बतला रहा हूँ कि मान लो आप या कोई जो है मैं चलो मान लेते हैं कि मैं हूँ और मैं जो है मृत्यु को प्राप्त हो गया। सत्य क्या है बतला रहे हैं कि मैं हूँ और मैं ही मृत्यु को प्राप्त हो गया। अब जो है क्या होता है कि घर वाले जो है क्या होता है उसके पश्चात घर वाले जो है जोर जोर से जो है क्या होता है उसके पश्चात जब कोई भी प्राणी जो है मान लेते हैं कि मैं ही मृत्यु को प्राप्त हो गया उसके पश्चात क्या होता है घर वाले जो है जोर जोर से रोना शुरू कर देते हैं। माता पिता पुत्र पत्नी जो है सभी जो है बिलक बिलक कर जो है रोने लगे। मैं सब देख रहा था लेकिन मुझे कोई नहीं देख रहा था। अब उसके पश्चात क्या हुआ कि मुझे जो है जमीन के ऊपर लिटाया गया। मैं सब देख रहा था मुझे कोई नहीं देख रहा था। अब मुझे नए पलंग के ऊपर जो है लिटाया गया। पलंग जो है कौन था पलंग जो है बांस की लकड़ी का बना हुआ था। अब जो है मुझे नीचे जमीन पे लिटा दिया और जो है और पलंग किस चीज का बना हुआ था बांस का बना हुआ था उसके ऊपर लिटाया गया और नए नए वस्त्र पहनाए गए। अब जो है क्या किया कि नए नए वस्त्र पहनाए गए और वस्त्र की ही रस्सियां बनाई गई। मैं सब देख रहा था मुझे कोई नहीं देख रहा था। अब जो है उसके पश्चात क्या हुआ कि मुख में जो है पंचरत्न डाली गई।
अब वह उसके पश्चात मुंह में जो है पंचरत्न डाली गई। अब एक सफेद कपड़े पहने हुए जो है आदमी आया, जिसने जो है सफेद जो है कमीज और धोती पहनी हुई थी, वो आया जिसे शायद जो है ब्राह्मण कहते थे, जिसके हाथ में एक थाली थी और उसमें जो है पांच चार जो है आटे के बने हुए भोले थे, और जो है जिन्हें शायद पिंडदान कहते हैं, और जो है क्या किया कि मंत्र पढ़कर जो है मैं सब आए, और जो है मुझे नई नई चादरें, नए नए जो है दुसाले, मखमल की जो है दुसाले जो है उड़ाने लगे। क्या हुआ कि इसके पश्चात परिवार वालों ने क्या किया कि चादरें, नए नए मखमल के जो है दुसाले जो है उड़ाने लगे। जिन्होंने कहते हैं कि जीवन में कभी एक रुमाल तक नहीं दिया, आज जो है मखमल के जो है दुसाले उड़ा रहे हैं, और मैं सब देख रहा था लेकिन मुझे कोई नहीं देख रहा। और जो है उसके बाद जो है चार लोग आए और मुझे जो है कंधे पे उठाया और जो है चलने लगे। चार लोग आए और उन्होंने कंधे पे उठाया और चलने लगे। तभी जो है आवाज आई, राम नाम सत है। तब जो है आवाज आई ब्राह्मण के मुख से कि राम नाम सत है। सारा जीवन निकल गया। जीवन जो है मृत्यु ही सच है। जीवन के बारे में कहा है, सुख के सब साथी दुख में ना को, सुख के सब साथी दुख में ना को, मेरे राम दूजा न को, सुख के सब साथी दुख में न को, जीवन यानी जानी छाया, झूठी माया झूठी काया, पाप की गठरी ढो मेरे राम, ना कुछ तेरा ना कुछ मेरा, ना कुछ तेरा ना कुछ मेरा, ये जग जोगी वाला फेरा, राजा हो या रंक सभी का अंत एक सा हो, मेरे राम तेरा नाम एक साचा दूजा न को। बाहर की तू माटी भांति, मन के भीतर क्यों ना झांके, उजले
है आपका शरीर भी जो है यही छूट जाएगा। उससे क्या करता है सर, वह सारा जीवन जो है इकट्ठा बनता है, इकट्ठा बनता है, इकट्ठा बनता है। तो जो है सबसे ज्यादा जो है प्रेम किससे करता है, अपने आप से करता है। तो जो है सबसे पहले जो है आप इस चीज का भी ध्यान देना, जो है अगर मनुष्य जो है जिस चीज को ज्यादा खाता है डॉक्टर सबसे पहले कहते हैं किसको छोड़ो, आप भी जो है सब कुछ यही छोड़कर अकेले जो है जाएंगे। मन जो है जहाँ रखा है वही पड़ा रहेगा, पशु भी जो है गौशाला में बने रहेंगे, स्त्री जो है घर के द्वार तक जो है साथ देती है, मित्र भाई को छोड़कर लोग में जाते समय जो है जो उसने कर्म किए होते हैं उनकी पोटली को जो है अपने सिर पर बांध कर कभी आना, तो जो है इसलिए जो है अपने जीवन काल में जो है सदैव जो है सुखियों की जो है सेवा करें और धर्म का जो है संचार करें, धर्म को इकट्ठा करें और जो है इसी में जो है मनुष्य जीवन की जो है सार्थकता कही गई है। तो जो है मैं फिर जो है एक बार जो है परम पिता परमेश्वर से जो है यही अरदास करता हूँ कि आप जो है हे भगवान वह आप जो है करने वाले की आत्मा को जो है शांति प्रदान करना, उनको जन्म मरण के चक्कर के जो है मंत्र की पुष्पांजलि जो है अपनी अपनी तरफ से दें। सभी जो है खड़े होकर अपनी अपनी जगह पर जो है दो मिनट के लिए जो है राम नाम के नाम की जो ਸਾਰੇ ਜਾਣਦੇ ਹੀ ਆ ਸਾਰੇ ਭੈਣ ਭਰਾ ਜਦੋਂ ਜਦੋਂ ਆਏ ਹਾਂ ਆਪਾਂ 35 ਸਾਲ ਤੋਂ ਇਸ ਪਰਿਵਾਰ ਨਾਲ ਵੀ ਆਉਣਾ ਜਾਣਾ ਹੈ ਬਹਿਣਾ ਉੱਠਣਾ ਹੈ ਔਰ ਮਾਤਾ ਜੀ ਨੂੰ ਮੈਂ ਬੜੇ ਨਜ਼ਦੀਕ ਤੋਂ ਦੇਖਿਆ ਸੀ ਬਹੁਤ ਹੀ ਅੱਛਾ ਸੁਭਾਅ ਸੀ ਉਹਨਾਂ ਦਾ ਔਰ ਉਹਨਾਂ ਦੇ ਜਿਹੜੇ ਸੰਸਕਾਰ ਦਿੱਤੇ ਹੋਏ ਉਹਨਾਂ ਕਰਕੇ ਹੀ ਇਹਨਾਂ ਦਾ ਜਿਹੜਾ ਪਰਿਵਾਰ ਸੀਗਾ ਪੁੱਤਰ ਉਹਨਾਂ ਦੇ ਸ਼੍ਰੀ ਜਗਬਾਲਿਕਾ ਰਤਨ ਅੰਜਲਾ ਰਤਨ ਬਹੂ ਔਰ ਪੁੱਤਰ ਸ਼੍ਰੀ ਮਨਿੰਦਰ ਸ਼ਰਮਾ ਨਤਾਸ਼ਾ ਸ਼ਰਮਾ ਇਹ ਵੀ ਉਹਨਾਂ ਦੇ ਪੁੱਤਰ ਔਰ ਬਹੂ ਜੋਗਰਾ ਸ਼ਾਰਦਾ ਜੀ
ਤੇ ਸਾਡੀ ਭੈਣ ਸੁਨੰਦਾ ਰਤਨ ਐਡਵੋਕੇਟ, ਉਹਨਾਂ ਦੇ ਬੇਟੀ ਦਮਾਦ ਸ਼੍ਰੀ ਸਰਤਾਜ ਭਾਰਗਵ ਔਰ ਸੁਸ਼ੀਲਾ ਭਾਰਗਵ, ਇਹਨਾਂ ਦੇ ਬੇਟੀ ਦਮਾਦ। ਤੋ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਬੇਟੇ ਮਨੀ ਜੀ ਕੋਲ ਰਹਿੰਦੇ ਸੀ ਕਿਉਂਕਿ ਦੂਸਰੇ ਬੇਟੇ ਬਾਹਰ ਨੇ। ਤੋ ਅਸੀਂ ਦੇਖਦੇ ਰਹੇ ਹਾਂ ਕਿ ਇਹਨਾਂ ਦੇ ਮਨੀ ਜੀ ਔਰ ਉਹਨਾਂ ਦੀ ਸ਼੍ਰੀਮਤੀ ਜੀ ਨੇ ਦਿਨ ਰਾਤ ਬਹੁਤ ਸੇਵਾ ਕੀਤੀ ਇਹਨਾਂ ਦੀ। ਔਰ ਮੈਂ ਦੇਖ ਰਿਹਾ ਸੀ ਜਿੱਦਾਂ ਮਾਤਾ ਜੀ ਸਵਰਗਵਾਸ ਹੋਏ ਨੇ, ਇਹਨਾਂ ਦਾ ਜਿਹੜਾ ਪੋਤਾ ਸੀ ਮਨੀ ਜੀ ਦਾ ਬੇਟਾ, ਯਾਨੀ ਮੈਂ 2-3 ਘੰਟੇ ਉੱਥੇ ਰਿਹਾ, ਕਮੇਟੀ ਵਿੱਚ ਚੁੱਕ ਨਹੀਂ ਕੀਤਾ। ਯਾਨੀ ਇੱਥੋਂ ਪਤਾ ਲੱਗਦਾ ਵੀ ਕਿੰਨਾ ਲਗਾਵ ਉਹਦਾ ਆਪਣੇ ਦਾਦੀ ਜੀ ਨਾਲ ਸੀਗਾ। ਔਰ ਇੱਕ ਹੋਰ ਗੱਲ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਕਿ ਆਪਾਂ ਜਿਹੜੇ ਇਸ ਇਲਾਕੇ ਦੇ ਹਾਂ, ਆਪਾਂ ਤਾਂ ਜਾਣਦੇ ਹਾਂ ਕਿ ਨੰਦੀ ਕਲੋਨੀ 'ਚ ਰਹਿੰਦੇ ਸੀ। ਨੰਦੀ ਕਲੋਨੀ ਨਾਂ ਕਿੱਦਾਂ ਪਿਆ, ਖੰਨੇ ਦਾ ਵੀ ਕਿਸੇ ਬੰਦੇ ਨੇ ਜੇ ਆਉਣਾ ਤਾਂ ਲਾਈਨੋਂ ਪਾਰ। ਹੁਣ ਜਿੱਦਾਂ ਮੈਂ ਕੇਹਰ ਸਿੰਘ ਕਲੋਨੀ ਰਹਿੰਦਾ, ਹੋਰ ਵੀ ਕਈ ਕਲੋਨੀਆਂ ਨੇ ਆਲੇ ਦੁਆਲੇ, ਅਤੇ ਉਹਨੂੰ ਜਦੋਂ ਸਮਝਾਈ ਦਾ ਇਹੀ ਦੱਸੀਦਾ ਵੀ ਨੰਦੀ ਕਲੋਨੀ ਦੇ ਨੇੜੇ ਆ। ਇਹ ਵੀ ਇੱਕ ਫਖਰ ਹਾਸਲ ਹੈ ਇਸ ਪਰਿਵਾਰ ਨੂੰ, ਸਾਡੀ ਭੈਣ ਸੁਨੰਦਾ ਰਤਨ ਜੀ, ਇਹਨਾਂ ਨੂੰ ਛੋਟੇ ਹੁੰਦੇ ਨੰਦੀ ਕਹਿੰਦੇ ਸੀਗੇ ਪਿਆ, ਅਤੇ ਉਹਨਾਂ ਦੇ ਨਾਂ 'ਤੇ ਇਸ ਕਲੋਨੀ ਦਾ ਨਾਮ ਪਿਆ ਸੀ। ਔਰ ਸਾਡੀ ਭੈਣ ਸੁਨੰਦਾ ਰਤਨ ਐਡਵੋਕੇਟ ਨੇ, ਔਰ ਪਿੱਛੇ ਅਡੀਸ਼ਨਲ ਐਡਵੋਕੇਟ ਜਨਰਲ ਰਹੇ ਨੇ ਚੰਡੀਗੜ੍ਹ। ਤੋ ਇਹ ਵੀ ਮਾਤਾ ਜੀ ਦੇ ਦਿੱਤੇ ਸੰਸਕਾਰ ਹੀ ਸੀਗੇ ਕਿ ਸੁਨੰਦਾ ਭੈਣ ਜੀ ਔਰ ਜੋਗਰਾ ਸ਼ਾਰਦਾ ਜੀ ਜਿਹੜੇ ਉਹਨਾਂ ਦੇ ਦਿਮਾਗ ਨੇ, ਉਹਨਾਂ ਨੇ ਇਕੱਲਾ ਖੰਨਾ ਹੀ ਨਹੀਂ, ਪੰਜਾਬ ਦੇ ਜਿੰਨੇ ਵੀ ਲੋਕ ਇਹਨਾਂ ਕੋਲ ਜਾਂਦੇ ਸੀਗੇ, ਕਿਸੇ ਨੂੰ ਕਦੀ ਕੰਮ ਦੀ ਨਾਂ ਨਹੀਂ। ਸਾਡੀ ਵੀ ਫੋਨ 'ਤੇ ਗੱਲ ਹੋਣੀ ਭੈਣ ਜੀ ਨਾਲ ਕਈ ਵਾਰੀ, ਤਾਂ ਉਹਨਾਂ ਨੇ ਮੈਨੂੰ ਇਹ ਕਹਿਣਾ ਵੀ ਵੀਰ ਜੀ ਕਿਸੇ ਨੂੰ ਕੋਈ ਵੀ ਕੰਮ ਸਾਡੇ ਕੋਲ ਭੇਜ ਦਿਓ, ਔਰ ਨਿਸਵਾਰਥ ਭਾਵ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਸੀ। ਤੋ ਇਹ ਮਾਤਾ ਜੀ ਦੀ ਇੱਕ ਬਹੁਤ ਬੜੀ ਦੇਣ ਹੈ ਇਸ ਪਰਿਵਾਰ ਨੂੰ ਕਿ ਉਹਨਾਂ ਦਿੱਤੇ ਸੰਸਕਾਰਾਂ ਦੇ ਉੱਤੇ ਹੀ ਇਹ ਸਾਰਾ ਪਰਿਵਾਰ ਚੱਲ ਰਿਹਾ। ਸੇਵਾ ਭਾਰਤੀ, ਖੰਨਾ, ਏਕਤਾ ਵੈਲਫੇਅਰ ਕਲੱਬ, ਪੰਕਜ ਮੈਡੀਕਲ ਹਾਲ, ਗਣਪਤੀ ਸੇਵਾ ਸੰਘ ਖੰਨਾ, ਬੀਜੇਪੀ ਖੰਨਾ ਮੰਡਲ, ਆਰਐਸਐਸ ਖੰਨਾ, ਸ਼੍ਰੀ ਸੰਨੀ ਮਹਿਤਾ ਜੀ, ਪਰਵਿੰਦਰ ਸਿੰਘ ਸੈਣੀ ਜੀ, ਪੰਜਾਬ ਖੱਤਰੀ ਚੇਤਨਾ ਮੰਚ ਖੰਨਾ, ਬ੍ਰਾਹਮਣ ਮਹਾਸਭਾ, ਭਾਰਤ ਵਿਕਾਸ ਪ੍ਰੀਸ਼ਦ ਖੰਨਾ, ਸ਼੍ਰੀ ਕੁਲਦੀਪ ਮਹਿਤਾ ਜੀ, ਸ਼੍ਰੀ ਸੰਜੀਵ ਕੁਮਾਰ ਨੇਟਾ ਜੀ ਜਿਹੜੇ ਕਿ MC ਨੇ ਸਾਡੇ ਇਲਾਕੇ ਦੇ, ਸ਼੍ਰੀ ਗੁਰਮੇਲ ਸਿੰਘ ਕਾਲਾ ਜੀ MC ਸਾਹਿਬ, ਬਜਰੰਗ ਦਲ ਖੰਨਾ, ਸ਼ਿਵ ਮਾਰਕਨ ਜੀ ਸ਼ਿਭੂ ਜੀ, ਅਮਿਤ ਕੁਮਾਰ ਲਾਡੀ ਜੀ, ਅਨਮੋਲ ਮਿੱਤਲ ਲੁਧਿਆਣਾ ਤੋਂ ਠੀਕ ਸੀ ਇਸ ਕਰਕੇ ਨਹੀਂ ਆ ਸਕੇ, ਉਹਨਾਂ ਦਾ ਸ਼ੋਕ ਪ੍ਰਸਤਾਵ ਆਇਆ ਸਾਡੇ ਕੋਲ। ਸ਼੍ਰੀ ਰਜੇਸ਼ ਡਾਲੀ ਜੀ ਐਕਸ ਚੇਅਰਮੈਨ ਇੰਪਰੂਵਮੈਂਟ ਟਰੱਸਟ ਖੰਨਾ, ਸ਼੍ਰੀਮਤੀ ਰਜਿੰਦਰ ਕੌਰ ਲਿਬੜਾ ਵਾਈਸ ਪ੍ਰੈਜੀਡੈਂਟ ਪਹਿਲਾ ਕਾਂਗਰਸ ਪੰਜਾਬ, ਸ਼੍ਰੀ ਰਜੀਵ ਰਾਏ ਮਹਿਤਾ ਐਡਵੋਕੇਟ ਪ੍ਰੈਜੀਡੈਂਟ AS ਮੈਨੇਜਮੈਂਟ ਐਂਡ ਟਰੱਸਟ, ਸ਼੍ਰੀ ਵੇਦ ਪ੍ਰਕਾਸ਼ ਜੀ MC, ਸ਼੍ਰੀ ਅਨੂਪ ਸ਼ਰਮਾ ਜੀ, ਸ਼੍ਰੀ ਜਸਪਾਲ ਲੋਟੇ, ਡਾਕਟਰ ਸੁਮੇਸ਼ ਪੱਤਾ, ਸ਼੍ਰੀ ਰਾਜਕੁਮਾਰ ਮੈਂਦਰੋਂ ਸੀਨੀਅਰ ਜਰਨਲਿਸਟ, ਬੀਬੀ ਸੁਰਜੀਤ ਕੌਰ ਵਾਈਫ ਆਫ ਸ਼੍ਰੀ ਸੁਰਜੀਤ ਸਿੰਘ ਬਰਨਾਲਾ ਜੀ ਜਿਹੜੇ ਕਿ ਅਕਾਲੀ ਦਲ ਦੇ ਬੜੇ ਉੱਘੇ ਲੀਡਰ ਸੀਗੇ, ਸ਼੍ਰੀ ਸਨਾਤਨ ਧਰਮ ਸਰਬਿਤਕਾਰੀ ਮੰਡਲ ਖੰਨਾ, ਸ਼੍ਰੀ ਸ਼ਿਵ ਕਾਂਗੜ ਸੇਵਾ ਸੰਘ, ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ, ਸ਼੍ਰੀ ਦੁਰਗਾ ਮੰਦਿਰ ਕਮੇਟੀ GTB ਨਗਰ ਖੰਨਾ, ਸ਼੍ਰੀ ਰਜੇਸ਼ ਜੀ ਸਹਿਜ ਜ਼ਿਲ੍ਹਾ ਕਾਰੋਬਾਰ RSS ਸਵਰਗ ਧਾਮ ਡਿਵੈਲਪਮੈਂਟ ਸੁਸਾਇਟੀ ਖੰਨਾ, ਇਹਨਾਂ ਸਾਰਿਆਂ ਦੇ ਸ਼ੋਕ ਪ੍ਰਸਤਾਵ ਆਏ ਨੇ। ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ
ਕਿ ਇੰਨੀ ਦੂਰੋਂ ਚੱਲ ਕੇ ਇੱਥੇ ਆਏ ਨੇ ਸਾਡਾ ਦੁੱਖ ਸਾਂਝਾ ਕਰਨ। ਹੁਣ ਮੈਂ ਬੇਨਤੀ ਕਰਾਂਗਾ ਸਾਡੇ 'ਚ ਬੈਠੇ ਨੇ ਸਰਦਾਰ ਬਚਿੱਤਰ ਸਿੰਘ ਜੀ, ਜਿਹੜੇ ਕਿ ਆਪਾਂ ਲਾਂਡਰਾ ਚੰਡੀਗੜ੍ਹ ਜਾਂਦੇ ਹਾਂ, ਸੀ ਜੀ ਸੀ ਲਾਂਡਰਾ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਦੇ MD ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ 2 ਮਿੰਟ ਸ਼ਰਧਾਂਜਲੀ ਆਪਣੀ ਆ ਕੇ ਦੇਣਗੇ ਸਰਦਾਰ ਬਚਿੱਤਰ ਸਿੰਘ ਜੀ। ਜੋ ਇਸ ਵੇਲੇ ਸ਼ਰਧਾਂਜਲੀ ਸਮਾਰੋਹ 'ਤੇ ਇਕੱਠੇ ਹੋਏ ਹਾਂ, ਇਸ ਘਟਨਾ ਨੂੰ ਲੋਕ ਕੇ ਜਾਣ ਵਾਸਤੇ ਤਿਆਰੀ ਲਈ ਆਪਾਂ ਨੂੰ ਸੰਦੇਸ਼ ਹੈ ਬਿਲਕੁਲ ਕਿ ਆਪਾਂ ਚੰਗੇ ਬਣੀਏ ਤਾਂ ਆਪਾਂ ਲੋਕ 'ਚ ਉੱਚੀ ਜਗ੍ਹਾ ਮਿਲ ਸਕੇ। ਜੋ ਇਸ ਪਰਿਵਾਰ ਦੇ ਨਾਲ ਮੇਰਾ ਸੰਬੰਧ ਤਕਰੀਬਨ 1968 'ਚ ਹੈ, ਸੱਦੇ ਦੀ ਹੌਸਲੇ ਵਾਲੇ ਅਸੀਂ ਸਾਰੇ ਪੰਜਾਬ ਨੇ ਉਹਨਾਂ ਨੂੰ ਪੰਜਾਬ ਦਾ ਪ੍ਰੈਜੀਡੈਂਟ ਐਸੋਸੀਏਸ਼ਨ ਦਾ ਬਣਾਇਆ ਔਰ ਉਹਨਾਂ ਨੇ ਕਾਫੀ ਮੱਲਾਂ ਮਾਰੀਆਂ, ਕੋਆਪਰੇਟ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਪੂਰੀ ਇਮਾਨਦਾਰੀ ਦਿਖਾਈ। ਮੈਂ ਦੇਖੀ ਹੈ ਜੋ ਪਰਿਵਾਰ ਸਾਰਾ ਜਿੱਦਾਂ ਸੈੱਟ ਹੈ ਔਰ ਜੋ ਗ੍ਰੈਂਡ ਵਾਲਾ ਲੜਕਾ ਹੈ ਉਹ ਵੀ ਉੱਥੇ ਸਾਨੂੰ ਮਿਲਦਾ ਗਿਆ ਔਰ ਜਿੰਨਾ ਦੇਖੋ ਇਹਦੇ ਸਰਵਣ ਪੁੱਤਰ ਨੇ ਉਹਦੇ ਮਾਤਾ ਪਿਤਾ ਦੀ ਕਿਸੇ ਗੱਲ ਰੱਖ ਲਈ। ਕਹਾਣੀ ਲੰਮੀ ਹੈ, ਰਾਜੇ ਨੇ ਉਹਨੂੰ ਮਾਰਿਆ ਕਰਾਂਗਾ। 2 ਮਿੰਟ ਲਈ ਸ਼ਰਧਾਂਜਲੀ ਦੇਣਗੇ ਸਰਦਾਰ ਜਤਿੰਦਰਪਾਲ ਸਿੰਘ ਐਡਵੋਕੇਟ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਖੰਨਾ ਦੇ ਪ੍ਰਧਾਨ ਨੇ, ਉਹ ਆਪਣੀ ਸ਼ਰਧਾਂਜਲੀ। ਸ਼੍ਰੀ ਗੁਰੂ ਪ੍ਰਾਣ ਜੀ ਦੀ ਹਾਜ਼ਰੀ ਵਿੱਚ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਮਾਤਾ ਸਦੇਸ਼ ਪਿਆਰੀ ਰਤਨ ਜੀ ਉਹਨਾਂ ਦੀ ਸ਼ੋਕ ਸਭਾ ਦੇ ਵਿੱਚ ਇਕੱਤਰ ਹਾਜ਼ਰੇ, ਪਵਿੱਤਰ ਸਲੋਕ ਦੇ ਅਨੁਸਾਰ ਰਾਣਾ ਰੋ ਨਾ ਪੁਰ ਹੈ ਰੰਗ ਨਾ ਤੁੰਗ ਫਕੀਰ, ਬਾਹੀ ਆਪੋ ਆਪਣੀ ਕੋ ਨਾ ਮੰਨੈ ਧੀਰ,
ਤੇ ਮਹਾਂਵਾਕਾਂ ਦੇ ਅਨੁਸਾਰ ਜਿੰਨੀ ਕੁ ਸਵਾਸਾਂ ਦੀ ਪੂੰਜੀ ਉਹਨਾਂ ਨੂੰ ਬਖਸ਼ਿਸ਼ ਹੋਈ ਸੀ, ਜਿੰਨਾ ਕੁ ਸਫ਼ਰ ਉਹਨਾਂ ਦਾ ਆਪਣੇ ਨਾਲ ਲਿਖਿਆ ਹੋਇਆ ਸੀ, ਉਹਨਾਂ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕੀਤੀ ਹੈ। ਉਹਨਾਂ ਦੇ ਚਲੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਸਮੁੱਚੇ ਇਲਾਕੇ ਦੇ ਵਿੱਚ ਵੀ ਬੜਾ ਦੁੱਖ ਮਨਾਇਆ ਗਿਆ, ਕਿਉਂਕਿ ਉਹ ਪਰਿਵਾਰ ਹੈ ਅੱਜ ਆਪਾਂ ਔਰ ਇਹ ਪਰਿਵਾਰ ਹੈ ਸਾਡੇ ਸਤਿਕਾਰਯੋਗ ਅੰਕਲ ਜੀ ਸਤਿਆਵਤ ਰਤਨ ਜੀ, ਜਿਨ੍ਹਾਂ ਨੇ ਇਸ ਇਲਾਕੇ ਦਾ ਮੁੱਢ ਰੱਖਿਆ। ਸਾਡੇ ਗਿਣਵੇਂ ਚੁਣਵੇਂ ਮੈਂ 35-40 ਸਾਲਾਂ ਤੋਂ 1975 ਦੇ ਵਿੱਚ ਇਹਨਾਂ ਨੇ ਕੋਠੀ ਬਣਾਈ ਸੀ, ਜਿਵੇਂ ਦੱਸ ਕੇ ਗਏ ਨੇ ਸਾਡੀ ਭੈਣ ਜੀ ਸਤਿਕਾਰਯੋਗ ਸੁਨੰਦਾ ਰਤਨ ਜੀ ਐਡਵੋਕੇਟ, ਇਹਨਾਂ ਦੇ ਨਾਮ 'ਤੇ ਹੀ ਨੰਦੀ ਕਲੋਨੀ ਦਾ ਨਾਮ ਰੱਖਿਆ ਗਿਆ ਸੀ। ਸੋ ਇਹ ਪਰਿਵਾਰ ਹੈ ਇਹ ਜਿਹੜਾ ਇਹ ਇਲਾਕੇ ਨੂੰ ਵਸਾਉਣ ਦੇ ਵਿੱਚ ਜਿਹਦਾ ਯੋਗਦਾਨ ਹੈ, ਬੜਾ ਵੱਡਾ ਘਾਟਾ ਪਿਆ। ਪਰ ਜੋ ਜਿੱਥੇ ਸਾਡੇ ਮਾਤਾ ਜੀ ਉਹਨਾਂ ਦੇ ਚਲੇ ਜਾਣ ਦੇ ਨਾਲ, ਕਿਉਂਕਿ ਜਿਹੜਾ ਮਾਂ ਦਾ ਵਿਛੋੜਾ ਹੁੰਦਾ ਬੜਾ ਹੀ, ਜਦ ਵਿਛੋੜਾ ਵੀ ਜਦ ਸਦੀਵੀ ਵਿਛੋੜਾ ਪੈ ਜਾਵੇ ਬੜਾ ਹੀ ਕਹਿ ਤੇ ਸਹਿ ਵਿਛੋੜਾ ਹੁੰਦਾ। ਅੱਜ ਸਾਰਿਆਂ ਨੂੰ ਦੁੱਖ ਹੈ, ਜੋਗਰਾਜ ਜੀ ਦੇ ਦਿਮਾਗ ਵੱਡੇ ਨੇ, ਮਨੀ ਹੈ ਬੇਟਾ ਉਹਨਾਂ ਦਾ ਮਨਿੰਦਰ ਦੂਸਰੇ ਵੀਰ ਜੀ, ਉਹਨਾਂ ਦੀ ਨੂੰਹ ਨੇ ਜਿੰਨੀ ਸੇਵਾ ਕੀਤੀ ਹੈ ਸਾਡੇ ਸਾਹਮਣੇ ਨਤਾਸ਼ਾ ਸਾਡੇ ਅੱਖਾਂ ਦੇ ਦੇਖਦੇ ਦੇਖਦੇ ਸਾਹਮਣੇ ਬੜੀ ਸੇਵਾ ਕੀਤੀ ਉਹਨੇ, ਕਿਉਂਕਿ ਟਾਵੇਂ ਟਾਵੇਂ ਲੋਕ ਮਿਲਦੇ ਨੇ ਇੱਦਾਂ ਦੇ ਅੱਜ ਕੱਲ੍ਹ। ਉਹਨਾਂ ਦੀਆਂ ਬੇਟੀਆਂ ਨੇ ਸੁਨੰਦਾ ਦੂਸਰੇ ਸਰਤਾਜ ਹੈ, ਚਾਹੇ ਦੁੱਖ ਸਾਰਿਆਂ ਨੂੰ ਹੋਇਆ ਪਰ ਜਦੋਂ ਧੀ ਆਪਣੇ ਪੇਕੇ ਘਰ ਜਾਂਦੀ ਹੈ ਨਾ, ਮਾਂ ਜਦੋਂ ਉਹਨੂੰ ਜੱਫੀ ਦੇ ਵਿੱਚ ਲੈ ਕੇ ਸਿਰ ਪਰੋਸਦੀ ਹੈ ਤਾਂ ਜਿਹੜੇ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਕਿਤੋਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਉਹਨੂੰ ਗੱਲਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਅੱਜ ਆਪਾਂ ਸਾਰਿਆਂ ਨੂੰ ਬੜਾ ਵੱਡਾ ਘਾਟਾ ਪਿਆ, ਪਰ ਜੋ ਪਰਮਾਤਮਾ ਦਾ ਹੁਕਮ ਹੈ ਬੜੀਆਂ ਵੱਡੀਆਂ ਕਾਢਾਂ ਸਾਇੰਸਦਾਨਾਂ ਨੇ ਕੱਢ ਲਈਆਂ, ਰੋਇਲ ਤੋਂ ਰੋਇਲ ਗੱਡੀਆਂ 5-5 ਕਰੋੜ ਦੀਆਂ, ਪਤਾਲ ਤੱਕ ਦੀ ਖੋਜ ਕਰ ਲਈ, ਆਕਾਸ਼ ਗ੍ਰਹਿ ਤੱਕ ਦੇ ਇਨਸਾਨ ਨੂੰ ਪਹੁੰਚਾਤਾ, ਹਜ਼ਾਰਾਂ ਕਿਲੋਮੀਟਰ ਦੂਰ ਇੰਟਰਨੈਟ ਦੇ ਜ਼ਰੀਏ ਆਪਾਂ ਉਹਨਾਂ ਸਾਹਮਣੇ ਬੈਠ ਕੇ ਗੱਲਾਂ ਕਰ ਸਕਦੇ ਹਾਂ। ਪਰ ਜੋ ਕੁਦਰਤ ਦਾ ਬਣਾਇਆ ਹੋਇਆ ਕਾਨੂੰਨ ਹੈ, ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ, ਸਭਨਾ ਸਹੁਰੇ ਬੱਝਣਾ ਸਭ ਕਲਾਵਨ ਹਾਰ, ਜੋ ਉਪਜਿਓ ਸੋ ਬਿਨਸ ਹੈ ਪਰੋ ਅੱਜ ਕੇ ਕਾਲ। ਬਾਈਬਲ ਦੇ ਵਿੱਚ ਵੀ ਕਿਹਾ ਗਿਆ ਡੈਥ ਇਜ ਸਰਟਨ, ਮੌਤ ਹੈ ਜਿਹੜੀ ਕਟਲ ਸਚਾਈ ਹੈ, ਉਹ ਕੁਦਰਤ ਦੇ ਪਹਾੜੇ ਮੁਤਾਬਕ ਆਪਾਂ ਨੂੰ ਚੱਲਣਾ ਪੈਂਦਾ। ਸੋ ਮੈਂ ਦੇਖਦਾ ਕਿ ਸਾਡੇ ਵਿੱਚ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਪਹੁੰਚੀਆਂ ਹੁੰਦੀਆਂ ਨੇ, CNG ਦੇ ਜਿਹੜੇ ਓਨਰ ਸੀ ਵਿਜੇਤਰ ਸਿੰਘ ਜੀ ਉਹ ਵੀ ਸ਼ਰਧਾਂਜਲੀ ਭੇਟ ਕਰਕੇ ਗਏ ਨੇ, ਹੋਰ ਵੀ ਸਾਡੇ ਐਜੂਕੇਸ਼ਨਲ ਪੋਲੀਟੀਕਲ ਧਾਰਮਿਕ ਸੰਸਥਾਵਾਂ ਦੇ ਮੁਖੀ ਸਾਹਿਬਾਨ ਔਰ ਬਾਰ ਐਸੋਸੀਏਸ਼ਨ ਖੰਨਾ ਤੋਂ ਤਕਰੀਬਨ ਸਾਰੇ ਵਕੀਲ ਸਾਹਿਬਾਨ, ਸਾਰੀਆਂ ਸੰਗਤਾਂ ਪਹੁੰਚੀਆਂ ਨੇ, ਮਹੱਲੇ ਵਾਲੇ ਸਾਡੇ ਨੀਅਰ ਡੀਅਰ ਰਿਸ਼ਤੇਦਾਰ ਸਾਹਿਬਾਨ, ਮੈਂ ਸਾਰਿਆਂ ਵੱਲੋਂ ਹੀ ਔਰ ਆਪਣੇ ਵੱਲੋਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਵੀ ਉਸ ਪਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਨ। ਥੈਂਕ ਯੂ ਸੋ ਮਚ। ਪਰਿਵਾਰ ਵੱਲੋਂ ਜਿੰਨੇ ਵੀ ਭੈਣ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।
ਔਰ ਪਰਿਵਾਰ ਵੱਲੋਂ ਉਹਨਾਂ ਦਾ ਇੱਕ ਇੱਕ ਕਦਮ ਉਹਨਾਂ ਦੇ ਸਿਰ ਮੱਥੇ ਜਿਹੜੇ ਆਪਣਾ ਟਾਈਮ ਕੀਮਤੀ ਕੱਢ ਕੇ ਸਾਰੇ ਤੁਸੀਂ ਚੱਲ ਕੇ ਆਏ ਹੋ ਔਰ ਸਾਰਿਆਂ ਨੂੰ ਬੇਨਤੀ ਹੈ ਹੁਣੇ ਪੰਡਿਤ ਜੀ ਆਰਤੀ ਕਰਨਗੇ ਭੋਗ ਪਏਗਾ ਉਸ ਤੋਂ ਬਾਅਦ ਜਿਹਨਾਂ ਨੇ ਖਾਣਾ ਨਹੀਂ ਖਾਧਾ ਖਾਣਾ ਜ਼ਰੂਰ ਖਾ ਕੇ ਜਾਣੇ ਪਰਿਵਾਰ ਵੱਲੋਂ ਬੇਨਤੀ ਹੈ ਜਗਦੀਸ਼ ਹਰੇ ਵਿਸਯ ਵਿਕਾਰ
ਪਾਪ ਹਰੋ ਦੇਵਾ ਸਵਾਮੀ ਕਸ਼ਟ ਹਰੋ ਦੇਵਾ ਸਰਦਾ ਭਗਤੀ ਬਣਾਓ ਸਰਦਾ ਪ੍ਰੇਮ ਲਗਾਓ ਸ੍ਰੀ ਸੰਤਨ ਕੀ ਸੇਵਾ ਓਮ ਜੈ ਜਗਦੀਸ ਹਰੇ ਸ਼ਾਮ ਸੁੰਦਰ ਜੀ ਕੀ ਆਰ ਜੋ ਕੋਈ ਨਰ ਗਾਵੇ ਸਵਾਮੀ ਪ੍ਰੇਮ ਸਹਿਤ ਗਾਵੇ ਕਹਿਤ ਸ਼ਿਵਾਨੰਦ ਸਵਾਮੀ ਕਹਿਤ ਹਰੀ ਹਰ ਸਵਾਮੀ ਮਰਮਾਂਸ਼ਿਕ ਫਲ ਪਾਵੇ ਓਮ ਜੈ ਜਗਦੀਸ਼ ਹਰੇ ਓਮ ਜੈ ਜਗਦੀਸ਼ ਹਰੇ ਸਵਾਮੀ ਜੈ ਦੀਨਾਨਾਥ ਹਰੇ ਭਗਵਨ ਜੈ ਰਾਧੇ ਸ਼ਾਮ ਦਾਸ ਜਨੋ ਕੇ ਜਬ ਗੁਣ ਬੰਸਰੀ ਵਾਲਾ ਦੂਰ ਕਰੇ ਓਮ ਜੈ ਜਗਦੀਸ਼ ਹਰੇ ਕਰਪੂਰ ਗੌਰੰ ਕਰੁਣਾਵਤਾਰੰ ਸੰਸਾਰ ਸਾਰੰ ਭੁਜਗੇਂਦ੍ਰ ਹਾਰੰ ਸਰਾਵ ਸੰਤੰ ਹਿਰਦਿਆਰ ਬਿੰਦੇ ਭਵੰ ਭਵਾਨੀ ਸਹਿਤੰ ਤ੍ਵਮੇਵ ਮਾਤਾ ਚ ਪਿਤਾ ਤ੍ਵਮੇਵ ਤ੍ਵਮੇਵ ਬੰਧੂ ਚ ਸਖਾ ਤ੍ਵਮੇਵ ਤ੍ਵਮੇਵ ਵਿਦਿਆ ਦ੍ਰਵਿਣਮ